ਅਸੀਂ ਇਸ ਵਕਤ ਖੜ੍ਹੇ ਹੋਏ ਹਾਂ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬਸਤੀ ਗਰੀਬ ਸਿੰਘ ਰਾਜੀ ਸਭਰਾ, ਜਿਹੜਾ ਫਤਿਹਗੜ੍ਹ ਸਭਰਾ ਦੇ ਬਿਲਕੁਲ ਨਜ਼ਦੀਕ ਪਿੰਡ ਪੈਂਦਾ, ਸਤਲੁਜ ਦਰਿਆ ਦਾ ਜਿੱਥੇ ਕਾਫੀ ਥਾਵਾਂ ਤੇ ਕਹਿਰ ਵਰਤ ਚੁੱਕਾ, ਉੱਥੇ ਹੀ ਇਸ ਪਿੰਡ ਦੇ ਵਿੱਚ ਵੀ ਕਾਫੀ ਜ਼ਿਆਦਾ ਕਹਿਰ ਜਿਹੜਾ ਸਤਲੁਜ ਨੇ ਵਰਤਾਇਆ ਵਾ, ਅਤੇ ਨਾਲ ਹੀ ਜਿੱਥੇ ਸਰਕਾਰ ਵੱਲੋਂ ਕੁਛ ਟੀਮਾਂ ਰਾਹਤ ਵਾਸਤੇ ਭੇਜੀਆਂ ਗਈਆਂ ਨੇ, ਉੱਥੇ ਹੀ ਜੀਰਾ ਤੋਂ ਹੈਲਪਿੰਗ ਹੈਂਡ ਨਾਮ ਦੀ ਇੱਕ ਟੀਮ ਜਿਹੜੀ ਆ ਸੇਵਾ ਵਾਸਤੇ ਜਿਹੜੇ ਨੌਜਵਾਨ ਇੱਥੇ ਉਹ ਪਹੁੰਚੇ ਹੋਏ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਸ ਕਿਸ ਤਰ੍ਹਾਂ ਦੀ ਉਹ ਸੇਵਾ ਜਿਹੜੀ ਆ ਰਾਹਤ ਜਿਹੜੀ ਆ ਉਹ ਇੱਥੇ ਪਹੁੰਚਾ ਰਹੇ ਨੇ। ਹਾਂਜੀ ਵੀਰੇ, ਵੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ, ਅਸੀਂ ਧੰਨਵਾਦ ਵੀ ਕਰਦੇ ਹਾਂ ਜਿਹੜਾ ਤੁਸੀਂ ਐਡੀ ਵੱਡੀ ਸੇਵਾ ਇੱਥੇ ਲੈ ਰਹੇ ਹੋ। ਦਰਸ਼ਕਾਂ ਨੂੰ ਥੋੜ੍ਹੀ ਜਿਹੀ ਪਹਿਲਾਂ ਆਪਣੀ ਟੀਮ ਬਾਰੇ ਜਾਣਕਾਰੀ ਦਿਓ ਕਿ ਤੁਹਾਡੀ ਟੀਮ ਜਿਹੜੀ ਉਹ ਕਿਸ ਤਰ੍ਹਾਂ ਇੱਥੇ ਕੰਮ ਕਰ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਕੱਲ੍ਹ ਸ਼ਾਮ ਨੂੰ ਜਿਹੜਾ ਅਸੀਂ ਧਰਮਕੋਟ ਏਰੀਆ 'ਚ ਕਾਵਾਂ ਵਾਲੇ ਪੱਤਣ ਤੋਂ ਹੜ੍ਹ ਦੀ ਮਾਰ ਦੇਖੀ ਆ, ਔਰ ਉੱਥੇ ਬੈਠੇ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਸੁਲਤਾਨਪੁਰ ਲੋਧੀ ਵਾਲੀ ਸਾਈਡ ਕੋਈ ਬੰਨ੍ਹ ਟੁੱਟ ਗਿਆ, ਔਰ ਇਹ ਗਾਂ ਜਿਹੜਾ ਆਪਣੇ ਜੀਰਾ ਹਲਕੇ ਦੇ ਵਿੱਚ ਜਿਹੜਾ ਫਤਿਹਗੜ੍ਹ ਸਭਰਾਂ ਦੇ ਨਾਲ ਪਿੰਡ ਨੇ ਉੱਥੇ ਸਾਰਾ ਕੁਛ ਕਹਿਰ ਵਾਪਰ ਗਿਆ। ਸੋ ਸਵੇਰ ਤੋਂ ਹੀ ਇੱਥੋਂ ਦੇ ਵੀਰਾਂ ਨਾਲ ਕੰਟੈਕਟ ਬਣਾ ਕੇ ਰੱਖਿਆ ਸੀ ਕਿ ਜਿਹੜਾ ਇਹਨਾਂ ਨੂੰ ਮੇਨ ਲੋੜ ਆ ਮੈਡੀਸਨ ਦੀ, ਜਿਹੜਾ ਸੁੱਕੇ ਰਾਸ਼ਨ ਦੀ, ਅਸੀਂ ਬ੍ਰੈਡ ਵਗੈਰਾ ਬਿਸਕਿਟ ਰਸ, ਕਿਉਂਕਿ ਇਹ ਚੀਜ਼ਾਂ ਦੀ, ਸੁੱਕੇ ਦੁੱਧ ਦੀ, ਇਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਪਹਿਲਾਂ ਵੀ ਕਾਫੀ ਟਾਈਮ ਇਹ ਸੇਵਾਵਾਂ ਅਸੀਂ ਕਰਕੇ ਦੇਖੀਆਂ ਹੜ੍ਹ ਵਾਲੇ ਇਲਾਕਿਆਂ 'ਚ, ਪਹਿਲਾਂ ਵੀ ਅਸੀਂ ਜਾਂਦੇ ਰਹੇ ਹਾਂ। ਸੋ ਇਹ ਹੈਲਪਿੰਗ ਹੈਂਡ ਜੀਰਾ ਟੀਮ ਜਿਹੜੀ ਆ ਹਜੇ ਹੋਰ 6-7 ਮਹੀਨੇ ਹੋਏ ਇਹਨੂੰ ਕਾਰਜ ਕਰਦਿਆਂ ਨੂੰ, ਔਰ ਅੱਜ ਇਹ ਸਾਰੇ ਵੀਰਾਂ ਦੀ ਬਦੌਲਤ, ਇਹਨਾਂ ਦੀ ਮਿਹਨਤ ਸਦਕਾ ਅੱਜ ਅਸੀਂ ਇੱਥੇ ਆਏ ਹਾਂ, ਤਾਂ ਕਿ ਜਿਹੜਾ ਲੋਕ ਭੁੱਖੇ ਨਾ ਸੋਣ, ਸਾਡਾ ਮਕਸਦ ਇਹ ਆ ਲੋਕ ਲੋੜਵੰਦ ਜਿਹੜੇ ਲੋਕ ਆ ਉਹਨੂੰ ਉਹ ਭੁੱਖੇ ਨਾ ਰਹਿਣ ਪੰਜਾਬ ਦੇ, ਕਿਉਂਕਿ ਅਸੀਂ ਬਾਹਰਲੇ ਸੂਬਿਆਂ 'ਚ ਜਾ ਕੇ ਹੜ੍ਹਾਂ 'ਚ ਜਾ ਕੇ ਅਸੀਂ ਸੇਵਾਵਾਂ ਕਰਦੇ ਰਹੇ ਹਾਂ। ਸੋ ਅੱਜ ਲੋੜ ਆ ਪੰਜਾਬ ਦੇ ਲੋਕਾਂ ਦੀ, ਸੋ ਆਓ ਉੱਠ ਕੇ ਜਿਹੜੇ ਸ਼ਹਿਰਾਂ 'ਚ ਬਾਕੀ ਪਿੰਡਾਂ ਜਿੱਥੇ ਨਹੀਂ ਇਹੋ ਜਿਹੀ ਮਾਰ ਪਈ, ਉਹਨਾਂ ਵੀਰਾਂ ਨੂੰ, ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇੱਥੇ ਆਓ, ਆ ਕੇ ਹਾਲਾਤ ਦੇਖੋ, ਸਿੱਧਾ ਆ ਕੇ ਜਿਹੜੀ ਆ ਹੈਲਪਿੰਗ ਹੈਂਡ ਟੀਮ ਸਿੱਧੀ ਸੇਵਾ ਕਰਦੀ ਆ ਇਹ ਸਾਰੇ ਵੀਰਾਂ ਦਾ, ਜਿੰਨੇ ਵੀ ਜੀਰੇ ਦੇ ਦਾਨੀ ਸੱਜਣ ਆ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇਹ ਰਾਸ਼ਨ ਆਇਆ, ਜੋ ਵੀ ਰਸਦ ਪਾਣੀ ਪਰਮਾਤਮਾ ਦੇ ਵੱਲੋਂ ਭੇਜਿਆ ਗਿਆ। ਮੈਡੀਕਲ ਵਾਲੇ ਵੀਰ ਜੀ ਸਾਡੀ ਮੈਡੀਕਲ ਟੀਮ ਨਾਲ ਆ, ਉਹ ਜਿਹੜੀਆਂ ਨਾਲ ਸੇਵਾਵਾਂ ਵੀਰ ਜੀ ਬੋਰਡ ਦੇ ਵਿੱਚ ਬੈਠੇ ਹੋਏ ਆ, ਉਹ ਨਾਲ ਨਾਲ ਸੇਵਾਵਾਂ ਜਿਹੜੀਆਂ, ਕਿਉਂਕਿ ਤੁਹਾਨੂੰ ਪਤਾ ਕਿ ਸਕਿਨ ਦੀ ਐਲਰਜੀ ਬਹੁਤ ਹੁੰਦੀ ਹੈ ਇਸ ਟਾਈਮ ਪਾਣੀ ਦੇ ਵਿੱਚ, ਸੋ ਉਹ ਜਿਹੜੀਆਂ ਦਵਾਈਆਂ ਸਾਰੀਆਂ ਜਿੰਨੀ ਕੁ ਵੀ ਲੋੜ ਆ ਉਹ ਨਾਲ ਲੈ ਕੇ ਅਸੀਂ ਚੱਲ ਰਹੇ ਹਾਂ ਔਰ ਸੇਵਾਵਾਂ ਕਰ ਰਹੇ ਹਾਂ। ਵਕੀਲ ਸਾਹਿਬ, ਤੁਸੀਂ ਵੀ ਥੋੜ੍ਹੀ ਜਾਣਕਾਰੀ ਦਿਓ, ਜਿਹੜੀ ਤੁਸੀਂ ਟੀਮ ਜਿਹੜੀ ਇਹ ਕਾਰਜ ਕਰ ਰਹੀ ਹੈ ਇਹਦੇ ਵਿੱਚ ਤੁਹਾਡੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕੋਈ ਹੈਲਪ ਕੀਤੀ ਗਈ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਕੁਦਰਤ ਦੀ ਇਹ ਕਰੋਪੀ ਕਹਿ ਸਕਦੇ ਹਾਂ ਕਿ ਕੁਦਰਤ ਦਾ ਆਪਣਾ ਇੱਕ ਨਿਯਮ ਆ, ਉਹ ਆਪਦੇ ਨਿਯਮ ਅਨੁਸਾਰ ਪਾਣੀ ਦਾ ਵਹਾਅ ਇੱਧਰ ਨੂੰ ਹੋਇਆ ਵਾ ਸਾਡੇ ਇਲਾਕੇ ਜੀਰੇ ਦੇ ਵਿੱਚ, ਜਿਹਦੇ ਕਰਕੇ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋਏ ਨੇ। ਜਿਹੜੇ ਏਰੀਏ ਵਿੱਚ ਅਸੀਂ ਖੜ੍ਹੇ ਹਾਂ, ਇਸ ਏਰੀਏ ਵਿੱਚ ਜ਼ਿਆਦਾਤਰ ਲੋਕ ਗਰੀਬ ਮਜ਼ਦੂਰ ਨੇ, ਔਰ ਉਹ ਇਸ ਨੀਵੀਂ ਜ਼ਮੀਨ ਦੇ ਵਿੱਚ ਆਪਦੀ ਜਿਹੜੀ ਖੇਤੀ ਕਰਦੇ ਸੀਗੇ। ਪਾਣੀ ਦਾ ਵਹਾਅ ਆਉਣ ਦੇ ਕਾਰਨ ਉਹਨਾਂ ਦੀ ਜਿਹੜੀ ਫਸਲ ਸਾਰੀ ਤਬਾਹ ਹੋ ਗਈ ਨੇ, ਉਹਨਾਂ ਦੇ ਜਿਹੜੇ ਮਾਲ ਪਸ਼ੂ ਨੇ ਉਹ ਅਜੇ ਵੀ ਪਾਣੀ ਦੇ ਵਿੱਚ ਖੜ੍ਹੇ ਹੋਏ ਨੇ। ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਉਹਨਾਂ ਦੇ ਜਿਹੜੇ ਪਸ਼ੂ ਆ ਉਹ ਵੀ ਬਾਹਰ ਦਰਿਆਵਾਂ ਦੇ ਕੰਢੇ 'ਤੇ ਬੰਨਾ ਆਏ ਜਾਣ, ਉਹ ਆਪ ਵੀ ਪਰਿਵਾਰਾਂ ਸਮੇਤ ਬਾਹਰ ਨਿਕਲ ਰਹੇ ਨੇ। ਸਭ ਤੋਂ ਜ਼ਿਆਦਾ ਸਾਨੂੰ ਇਸ ਪਿੰਡ ਦੀ ਪੰਚਾਇਤ ਦਾ ਸਹਿਯੋਗ ਮਿਲ ਰਿਹਾ ਵਾ, ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਸਾਡੀ ਟੀਮ ਦੇ ਨਾਲ, ਫਤਿਹਗੜ੍ਹ ਸਭਰਾਂ ਤੋਂ ਸਾਡੇ ਵੀਰ ਨੇ, ਹੋਰ ਮਖੂ ਏਰੀਏ ਦੇ ਵੀਰ ਨੇ, ਔਰ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਸਾਨੂੰ ਇਹ ਦੱਸ ਰਹੇ ਕਿ ਆਹ ਰਸਤਾ ਪੱਕਾ ਹੈਗਾ, ਉਹਦੇ ਉੱਪਰ ਅਸੀਂ ਸਾਡੀ ਜਿਹੜੀ ਟੀਮ ਆ ਉਹ ਕੰਮ ਕਰ ਰਹੀ ਆ। ਅਸੀਂ ਜਾ ਕੇ ਸਾਡੀ ਤਾਂ ਮੁੱਢਲੀ ਸਹਾਇਤਾ ਸਿਰਫ ਇਹ ਆ ਕਿ ਜਿਹੜੇ ਘਰਾਂ ਦੇ ਵਿੱਚ ਜੀ ਬੈਠੇ ਉਹਨਾਂ ਦਾ ਕਿਸੇ ਦਾ ਬੱਚਾ ਨਾ ਬਿਮਾਰ ਹੋਵੇ, ਉਹਨਾਂ ਨੂੰ ਜਿਹੜੀ ਆ ਅਲਰਜੀ ਹੋ ਰਹੀ ਆ ਪਾਣੀ ਤੋਂ, ਉਹਨਾਂ ਤੋਂ ਬਚਾਇਆ ਜਾ ਸਕੇ, ਬੁਖਾਰ ਉਲਟੀਆਂ ਤੋਂ ਬਚਾਇਆ ਜਾ ਸਕੇ, ਔਰ ਸੁੱਕੀ ਰਸਦ ਸਾਰੇ ਪਰਿਵਾਰਾਂ ਵਿੱਚ ਪਹੁੰਚਾਈ ਜਾ ਰਹੀ ਆ।
ਮੇਰਾ ਇਸ ਚੈਨਲ ਦੇ ਜ਼ਰੀਏ ਇੱਕ ਮੈਸੇਜ ਆ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੀਆਂ ਵੀ ਸੰਸਥਾਵਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਕਮੁੱਠ ਹੋ ਕੇ ਇਸ ਪਲੇਟਫਾਰਮ 'ਤੇ ਖੜ੍ਹਨਾ ਚਾਹੀਦਾ ਤਾਂ ਕਿ ਇਹਨਾਂ ਲੋਕਾਂ ਨੂੰ ਆਪਾਂ ਜਿਹੜੀ ਰੋਜ਼ਾਨਾ ਉਹਨਾਂ ਦੀ ਜਿਹੜੀ ਪੇਟ ਦੀ ਭੁੱਖ ਆ ਆਪਾਂ ਉਹ ਉਸ ਤੋਂ ਬਚਾ ਸਕੀਏ ਕਿਉਂਕਿ ਪਰਮਾਤਮਾ ਨੇ ਆਪਦੇ ਨਿਯਮਾਂ ਦੇ ਅਨੁਸਾਰ ਸਾਰਾ ਕੰਮ ਕਰਨਾ। ਮੇਰੀ ਇੱਕੋ ਹੀ ਬੇਨਤੀ ਹੈ ਕਿ ਜਿੰਨੀਆਂ ਵੀ ਸ਼ਹਿਰ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਜਾਂ ਸਾਡਾ ਜੀਰਾ ਏਰੀਆ, ਮਖੂ ਏਰੀਆ ਵਾ, ਅੱਗੋਂ ਹਰੀਕੇ ਏਰੀਆ ਵਾ, ਜਿੱਥੋਂ ਤੀਕਰ ਵੀ ਸਾਡੀ ਮੈਸੇਜ ਉਹਨਾਂ ਨੂੰ ਪਹੁੰਚਦਾ ਵਾ, ਉਹ ਰਸਦ ਲੈ ਕੇ ਲੰਗਰ ਪਾਣੀ ਤਿਆਰ ਕਰਕੇ ਇਹਨਾਂ ਪਰਿਵਾਰਾਂ ਤੀਕਰ ਲੈ ਕੇ ਆਉਣ ਤਾਂ ਕਿ ਇਹ ਜਿਹੜੇ ਲੋਕ ਆ ਇਸ ਮਾਰ ਦੇ ਹੇਠਾਂ ਭੁੱਖੇ ਨਾ ਸੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇੱਥੇ ਜੁੜੇ ਹੋਏ ਨੇ ਇਲਾਕੇ ਦੇ ਕਾਂਗਰਸੀ ਆਗੂ ਹਰਭਜਨ ਸਿੰਘ ਜੀ ਸਬਰਾ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਹਰਭਜਨ ਜੀ, ਇਹ ਟੀਮ ਜਿਹੜੀ ਇੱਥੇ ਤੁਹਾਡੇ ਇਲਾਕੇ ਦੇ ਵਿੱਚ ਪਹੁੰਚੀ ਹੈ ਸੇਵਾ ਕਰਨ ਵਾਸਤੇ, ਕੀ ਕਹਿਣਾ ਚਾਹੋਗੇ ਇਹਨਾਂ ਲਈ? ਦੇਖੋ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਹੈਲਪਿੰਗ ਹੈਂਡਸ ਟੀਮ ਜੀਰਾ ਤੋਂ ਆਏ ਨੇ। ਬੜੀ ਵੱਡੀ ਸੇਵਾ ਜੀ, ਆਪਦੇ ਕੰਮ ਵਾਸਤੇ ਇਹੋ ਜਿਹੇ ਮੌਕੇ 'ਤੇ ਜਾਣਾ ਔਖਾ। ਇਹ ਸਾਡੇ ਲੋਕਾਂ ਵਾਸਤੇ ਜਿੰਨੇ ਦਰਿਆ ਏਰੀਏ 'ਚ ਵੱਸਦੇ ਉਹਨਾਂ ਵਾਸਤੇ ਆਏ ਨੇ। ਬਿਲਕੁਲ ਠੀਕ ਆ, ਮੈਂ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਾਥ ਦੇਈਏ ਔਰ ਰਾਸ਼ਨ ਇਹਨਾਂ ਨੂੰ ਆਪਾਂ ਅਸੀਂ ਵੀ ਜਿੰਨੀ ਜੋਗੇ ਹੋਏ ਇਹਨਾਂ ਦਾ ਸਹਿਯੋਗ ਕਰਾਂਗੇ। ਸਾਡੇ ਨਾਲ ਕਲੱਬ ਦੇ ਨੌਜਵਾਨ ਨੇ, ਯੁਵਕ ਸਭਾਵਾਂ ਕਲੱਬ ਦੇ ਨੌਜਵਾਨ ਨੇ, ਵੀਰ ਹਰਪਾਲ ਸਿੰਘ ਉਚੇਚੇ ਤੌਰ 'ਤੇ ਮਹੂ ਤੋਂ ਪਹੁੰਚੇ ਨੇ, ਸਾਡੇ ਪੰਚਾਇਤ ਮੈਂਬਰ ਜਿੰਨੀ ਵੀ ਸਾਡੀ ਬਸਤੀ ਗਰੀਬ ਸਿੰਘ ਵਾਲੀ ਇੱਥੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੇ, ਮੈਂਬਰ ਸਾਹਿਬਾਨ ਆਏ ਨੇ, ਸਾਰਿਆਂ ਦਾ ਧੰਨਵਾਦ। ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਹਨਾਂ ਵੀਰਾਂ ਦਾ, ਜੀਰੇ ਤੋਂ ਚੱਲ ਕੇ ਆਏ ਨੇ। ਸੋ ਇਹਨਾਂ ਦਾ ਸਾਥ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ, ਤਾਂ ਹੀ ਇਹ ਕੰਮ ਨੂੰ ਅੱਗੇ ਵਧਾਉਣਗੇ ਨਾ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਸਿੱਖ ਆਗੂ ਹਰਪਾਲ ਸਿੰਘ ਜੀ ਮੱਖੂ ਵੀ ਇੱਥੇ ਹਾਜ਼ਰ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਰਪਾਲ ਜੀ, ਤੁਹਾਡੇ ਤੋਂ ਇੱਕ ਮੈਂ ਸਵਾਲ ਪੁੱਛਣਾ ਚਾਹੂੰਗਾ, ਜਿਵੇਂ ਕਿ ਪਿਛਲੇ ਦਿਨੀ ਕਾਫੀ ਰੌਲਾ ਪੈ ਰਿਹਾ ਸੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਜਿਵੇਂ ਅੱਜ ਆਪਾਂ ਦੇਖ ਰਹੇ ਹਾਂ ਆਪਾਂ ਸਾਰੇ ਪਾਣੀ ਦੇ ਵਿੱਚ ਖੜ੍ਹੇ ਹੋਏ ਹਾਂ, ਮਤਲਬ ਕਿ ਪਾਣੀ ਦੀ ਮਾਰ ਜਿਹੜਾ ਉਹ ਪੰਜਾਬ ਚੱਲ ਰਿਹਾ, ਪਰ ਹਰਿਆਣਾ ਜਾਂ ਹੋਰ ਸੂਬੇ ਜਿਹੜੇ ਉਹ ਪਾਣੀ ਵਾਸਤੇ ਆਪਣਾ ਹੱਕ ਜਿਹੜਾ ਉਹ ਮੰਗ ਰਹੇ ਸੀ, ਕਿਵੇਂ ਦੇਖਦੇ ਹੋ ਅੱਜ ਇਸ ਨੂੰ? ਕਿਉਂਕਿ ਮਾਰ ਜਿਹੜੀ ਅੱਜ ਉਹ ਸਿਰਫ ਪੰਜਾਬ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਵਾ ਕਿ ਹੱਕਦਾਰ ਪੰਜਾਬ ਹੋਣਾ ਚਾਹੀਦਾ ਜਾਂ ਜਿਹੜੇ ਹੋਰ ਸੂਬੇ ਮੰਗ ਕਰਦੇ ਉਹ ਵੀ ਹੱਕਦਾਰ ਨੇ ਪਾਣੀ ਦੇ? ਵੀਰ ਜੀ, ਇਹ ਤਾਂ ਵਰਲਡ ਲਾ ਹੈ ਵੀ ਜਿਹੜਾ ਦੇਸ਼ ਜਾਂ ਜਿਹੜੀ ਵੀ ਸਟੇਟ ਪਾਣੀ ਦੀ ਮਾਰ ਚੱਲਦੀ ਹੈ, ਹੱਕਦਾਰ ਉਹ ਹੀ ਹੈ। ਸਾਨੂੰ ਪਾਣੀ ਵੇਖਣ ਵਾਸਤੇ ਆ ਨਹਿਰਾਂ ਦਾ, ਵਰਤਣ ਵਾਸਤੇ ਨਹੀਂ। ਹੁਣ ਵੇਖੋ ਜੀ, ਫਾਇਦਾ ਲਵੇ ਤਾਂ ਦੂਸਰੀ ਸਟੇਟ ਰਾਜਸਥਾਨ ਲਵੇ ਜਾਂ ਹਰਿਆਣਾ ਲਵੇ, ਅਤੇ ਨੁਕਸਾਨ ਹੜ੍ਹ ਆਵੇ, ਨੁਕਸਾਨ ਝੱਲੇ ਤਾਂ ਪੰਜਾਬ ਝੱਲੇ। ਇਹ ਕਿਹੜੀ ਕਿਤਾਬ 'ਚ ਲਿਖਿਆ? ਚਾਹੀਦਾ ਤਾਂ ਇਹ ਸੀ ਨਾ ਮੁਆਵਜ਼ਾ, ਅਤੇ ਜਿਵੇਂ ਪਹਿਲਾਂ ਵੀ ਵੀਰਾਂ ਨੇ ਗੱਲ ਕੀਤੀ ਹੈ, ਪਾਣੀ ਤਾਂ ਆਏ ਸਾਲ ਆਉਂਦਾ, ਸਾਉਣ ਦੇ ਮਹੀਨੇ 'ਚ ਬਾਰਿਸ਼ਾਂ ਹੁੰਦੀਆਂ ਨੇ ਪਹਾੜਾਂ ਦੇ ਵਿੱਚ, ਪਹਾੜਾਂ ਦਾ ਪਾਣੀ ਰੁੜ ਕੇ ਅੱਗੇ ਦਰਿਆਵਾਂ ਦੇ ਵਿੱਚ ਆਉਂਦਾ, ਅਤੇ ਦਰਿਆ ਅੱਗੋਂ ਕੁਛ ਬੰਦ ਨੇ, ਕੁਝ ਨਹਿਰਾਂ, ਸਰਕਾਰਾਂ ਬਲੇਮ ਲਾਈ ਜਾਂਦੀਆਂ ਇੱਕ ਦੂਜੇ 'ਤੇ, ਜਿਹੜੀ ਆਉਂਦੀ ਉਹ ਦੂਜੇ 'ਤੇ ਉਹਨੂੰ ਟਾਰਗੇਟ ਕਰਦੀ ਹੈ, ਪਰ ਇਹਨੂੰ ਪਹਿਲਾਂ ਨਹਿਰਾਂ ਦਾ ਪ੍ਰਬੰਧ ਹੋਣਾ ਚਾਹੀਦਾ। ਪਾਣੀ ਨੂੰ ਕਿਵੇਂ ਸਟੋਰ ਕਰਨਾ? ਆਪਾਂ ਕਹਿ ਰਹੇ ਪਾਣੀ ਘੱਟ ਰਿਹਾ, ਜੇ ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ, ਹਾਲਾਂਕਿ ਸਾਨੂੰ ਪਾਣੀ ਨਹਿਰਾਂ ਦਾ, ਪੰਜਾਬ ਨੂੰ ਬੜੀ ਲੋੜ ਹੈ ਪਾਣੀ ਦੀ। ਸਾਨੂੰ ਕਨੈਕਸ਼ਨ, ਅਸੀਂ ਕਨੈਕਸ਼ਨ ਵੇਖੀ ਜਾਂਦੇ ਹਾਂ, 8 ਘੰਟੇ ਬਿਜਲੀ ਡੀਕੀ ਜਾਂਦੇ, ਪਾਣੀ ਸਾਡੇ ਕੋਲ ਨਹਿਰਾਂ ਦਾ, ਪਰ ਉਹ ਪਾਣੀ ਰਾਜਸਥਾਨ ਤੁਰਿਆ ਜਾ ਰਿਹਾ। ਪਹਿਲੀ ਗੱਲ ਵੀ ਮੁਆਵਜ਼ਾ ਜਿਹੜੀ ਸਰਕਾਰ ਪਾਣੀ ਦਾ ਫਾਇਦਾ ਲੈ ਰਹੀ ਹੈ, ਜੇ ਹੜ੍ਹ ਸਾਡੇ 'ਤੇ ਆਉਂਦਾ ਉਹ ਸਟੇਟ ਵੀ ਸਾਨੂੰ ਕੁਛ ਨਾ ਕੁਛ ਦੇਵੇ। 50,000 ਦਾ ਨੁਕਸਾਨ ਹੋਇਆ ਅਤੇ ਇਹਨਾਂ ਨੇ ਮਲਮ ਲਾ ਦੇਣੀ ਕੋਈ 10,000-8,000 ਇਹਨਾਂ ਨੇ ਸਾਨੂੰ ਮੁਆਵਜ਼ਾ ਦੇਣਾ। ਮੈਂ ਤਾਂ ਕਹਿੰਦਾ ਵੀ ਪੰਜਾਬ ਸਟੇਟ ਵੀ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 20-25,000 ਇਹ ਦੇਵੇ, ਅਤੇ ਜਿਹੜੀਆਂ ਰਾਜਸਥਾਨ ਜਿਨ੍ਹਾਂ ਸਟੇਟਾਂ ਨੂੰ ਪਾਣੀ ਜਾ ਰਿਹਾ ਫਾਇਦਾ ਲੈਣ ਵਾਸਤੇ, ਉਹ ਸਟੇਟਾਂ ਨੁਕਸਾਨ ਝੱਲਣ ਵਾਸਤੇ ਅਸੀਂ।
ਮੈਂ ਉਹਨਾਂ ਨੂੰ ਵੀ ਸਰਕਾਰ ਅੱਗੇ ਗੁਜ਼ਾਰਿਸ਼ ਕਰਦਾ ਵੀ ਉਹ ਜਿਹੜੇ ਫਾਇਦਾ ਲੈ ਰਹੇ ਨੇ ਘੱਟੋ ਘੱਟ ਉਹ ਵੀ ਸਾਡੇ 'ਤੇ ਇਸ ਸਮੇਂ 'ਤੇ ਮਲਮ ਲਾਉਣ। ਬਾਕੀ ਆ ਮੈਂ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਆਪਣੇ ਰੁਝੇਵੇਂ ਕੱਢ ਕੇ, ਕੋਈ ਐਡਵੋਕੇਟ ਹੈ, ਕੋਈ ਡਾਕਟਰ ਹੈ, ਸਾਰੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਵੀਰ ਪਿੰਡਾਂ ਦੇ ਵਿੱਚ ਘਰ ਘਰ ਪਹੁੰਚਾ ਰਹੇ ਨੇ। ਠੀਕ ਹੈ, ਪ੍ਰਸ਼ਾਸਨ ਵੀ ਕੰਮ ਕਰ ਰਿਹਾ, ਪਰ ਇੱਕ ਪਲੇਟਫਾਰਮ 'ਤੇ ਬੈਠਾ ਸਰਕਾਰੀ ਸੰਸਥਾ, ਅਤੇ ਹੁਣ ਘਰਾਂ ਦੇ ਵਿੱਚ ਹੁਣ ਘਰ ਛੱਡ ਕੇ ਲੋਕ ਐਡੀ ਦੂਰ ਮੈਡੀਸਨ ਲੈਣ ਜਾ ਨਹੀਂ ਰਹੇ, ਆਪਾਂ ਵੇਖ ਰਹੇ ਹਾਂ। ਇਹ ਵੀਰ ਘਰ ਘਰ ਪਹੁੰਚਾ ਰਹੇ ਨੇ, ਰਾਸ਼ਨ ਉੱਥੇ ਰੱਖਿਆ ਹੋਏਗਾ ਪ੍ਰਸ਼ਾਸਨ ਨੇ। ਪੋਲੀਟੀਕਲ ਲੀਡਰ ਮੌਕਾ ਵੇਖ ਜਾਂਦੇ ਨੇ ਸਾਰੇ, ਉਹ ਜਿੰਨੇ ਵੀ ਪ੍ਰਸ਼ਾਸਨ ਵੇਖ ਲਓ, ਪੋਲੀਟੀਕਲ ਲੀਡਰ ਮੌਕਾ ਵੇਖ ਜਾਂਦੇ ਨੇ। ਕਰ ਕੌਣ ਰਿਹਾ? ਕਰ ਤਾਂ ਵੀਰ ਰਹੇ ਨੇ ਨਾ। ਮੈਂ ਚਾਹੁੰਦਾ ਵੀ ਪੋਲੀਟੀਕਲ ਲੀਡਰ ਵੀ ਆਪਣਾ ਦਸ਼ਵੰਧ ਕੱਢਣ, ਜਿੰਨੇ ਪੰਚ ਸਰਪੰਚ ਨੇ, ਸਮਾਂ ਇਸ ਸਮੇਂ ਆਪਾਂ ਸਾਰੇ ਆਪਣਾ ਦਸ਼ਵੰਧ ਕੱਢ ਕੇ ਜਿਹੜੇ ਲੋੜਵੰਦ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸੱਚਾ ਸੌਦਾ ਕੀਤਾ ਸੀ ਉਹ ਕੀ ਸੀ? ਭੁੱਖੇ ਦੇ ਮੂੰਹ 'ਚ ਪ੍ਰਸ਼ਾਦਾ ਪਾਉਣਾ, ਇਹ ਸੀ ਸੱਚਾ ਸੌਦਾ। ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਹੈ ਵੀ ਜਿੱਥੇ ਵੀ ਕਾਲ ਪੈਂਦਾ, ਉਹ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਵੀ ਕਾਲ ਪੈਂਦਾ ਸੀ, ਜਿੱਥੇ ਵੀ ਕੋਈ ਇਹੋ ਜਿਹੀ ਨੌਬਤ ਆਉਂਦੀ ਸੀ, ਕਰੋਪੀ ਆਉਂਦੀ ਸੀ, ਉੱਥੇ ਆਪ ਜਾਂਦੇ ਸਨ, ਮਲਮਾਂ ਲਾਉਣੀਆਂ, ਦਵਾ ਦਰੂ ਕਰਨਾ, ਉਹਨਾਂ ਨੂੰ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ। ਇਲਾਕੇ ਦੇ ਮੈਂ ਜਿਹੜੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਉਹ ਵੀ ਲੰਗਰ ਵੱਧ ਤੋਂ ਵੱਧ ਲੋੜਵੰਦਾਂ ਦੇ ਮੂੰਹ 'ਚ ਪਾਉਣ। ਅਤੇ ਬਾਕੀ ਨੌਜਵਾਨਾਂ ਦਾ ਬਹੁਤ ਧੰਨਵਾਦ ਹੈ, ਜਿਵੇਂ ਸਾਡੇ ਵੀਰ ਜੀ ਨੇ ਹਰਭਜਨ ਸਿੰਘ ਨੇ ਕਿਹਾ ਵੀ ਅਸੀਂ ਵੀ ਤਣੋ ਮਣੋ ਕੇ ਇਹਨਾਂ ਦਾ ਸਹਿਯੋਗ ਦੇਵਾਂਗੇ, ਜਿੰਨੇ ਯੋਗੇ ਅਸੀਂ ਆਪਣਾ ਦਸ਼ਵੰਧ ਕੱਢ ਕੇ ਇਹਨਾਂ ਦੇ ਲੇਖੇ ਲਾਵਾਂਗੇ। ਇਹ ਅਜੇ ਇਹ ਅੱਜ ਆਏ ਨੇ, ਇਹ ਪਾਣੀ ਕਦੀ ਵੱਧ ਰਿਹਾ ਕਦੀ ਘੱਟ ਰਿਹਾ, ਇਹ ਨਹੀਂ ਪਤਾ ਇਹ ਕਰੋਪੀ ਕਿੰਨੇ ਦਿਨ ਚੱਲਣੀ, ਇਹਦੂ ਬਾਅਦ ਕੀ ਨੁਕਸਾਨ ਹੋਣਾ, ਇਹਦੂ ਬਾਅਦ ਕੀ ਬਿਮਾਰੀਆਂ ਆਉਣੀਆਂ। ਮੈਨੂੰ ਪਤਾ ਵੀ ਪਾਣੀ ਲੈਣ ਦੀ ਦੇਰ ਹੈ, ਪ੍ਰਸ਼ਾਸਨ ਨੇ ਹੱਥ ਖੜੇ ਕਰਕੇ ਆਪ ਆਪਣੇ ਘਰੇ ਚੱਲ ਜਾਣਾ, ਉਦੋਂ ਇਹ ਵੀਰਾਂ ਨੇ ਜਾਂ ਤੁਸੀਂ ਮੈਂ ਇੱਥੇ ਆ ਕੇ ਲੋਕਾਂ ਦੀ ਸਾਰ ਲੈਣੀ ਹੈ। ਇੱਕ ਦੋ ਦਿਨ ਜਦੋਂ ਪਾਣੀ ਚੱਲਦਾ ਉਦੋਂ ਸਾਰੇ ਸਾਰ ਲੈਂਦੇ ਹੁੰਦੇ ਨੇ, ਮਗਰੋਂ ਕੋਈ ਸਾਰ ਨਹੀਂ ਪੁੱਛਦਾ। ਮੈਂ ਇਹ ਸਾਰਾ ਜਿੰਨਾ ਗਰੁੱਪ ਹੈ, ਕਲੱਬਾਂ ਦੇ ਮੈਂਬਰ ਨੇ, ਪੰਚ ਸਰਪੰਚ ਨੇ, ਇਹ ਸਾਡੀ ਐਨ ਜੀ ਓ ਜੀਰੇ ਦੀ ਜਿਹੜੀ ਆਈ ਹੈ, ਜਿਹੜੀ ਅੱਜ ਫੀਡ ਮੈਡੀਸਨ ਲੈ ਕੇ ਆਈ ਹੈ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਆਪਾਂ ਅੱਜ ਪਹਿਲੇ ਦਿਨ ਵੀ ਅਤੇ ਅਖੀਰ ਤੱਕ ਵੀ ਆਪਾਂ ਇਹਨਾਂ ਦੀ ਬਾਤ ਪੁੱਛਣੀ ਹੈ। ਸੋ ਇੰਨਾ ਕਹਿੰਦਾ ਅਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦਰਸ਼ਕੋ, ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ, ਜਿਵੇਂ ਵੀਰਾਂ ਦੀ ਸੇਵਾ ਉਹ ਵੀ ਤੁਸੀਂ ਸੁਣ ਚੁੱਕੇ ਹੋ, ਕਿਵੇਂ ਵੀਰ ਪਾਣੀ ਦੇ ਵਿੱਚ ਸੇਵਾ ਕਰ ਰਹੇ ਨੇ, ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਅਤੇ ਵੀਰਾਂ ਦੇ ਜਿਹੜੇ ਕਾਰਜ ਆ ਉਹ ਕਿਸ ਤਰ੍ਹਾਂ ਦਾ ਲੱਗਾ, ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਫਿਰ ਤਾਜ਼ਾ ਸਮਾਚਾਰ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।